खबरों के इस बुलेटिन के नाल मैं अवतार सिंह ढिल्लों। सब तो पहला खास खबरां। विदेश मंत्री डॉ एस जयशंकर ने ब्रिक्स देशों संयुक्त राष्ट्र सुरक्षा कौंसल सुधारा में संजीदगी दिखाने लिखा है। भारत ने अग्नि एक ब्रिस्टिक सिखलाई मिजाइल में सफलता नाल दागया। यूपीआई ने 14 लाख करोड़ रूपये के बराबर 9 अरब लेन देन का रिकॉर्ड कायम किया है। ओमान विखे मर्दा के जूनियर एशिया कप हॉकी टूरनामेंट में भारत ने ओमान पाकिस्तान को हरा के चौथी बारी खिताब जीता है। लक्ष्य सेन से किरण ज्योर बैंकॉक में थाईलैंड ओपन बैडमिंटन टूरनामेंट के मर्दा के क्वार्टर फाइनल में पहुंच गए हैं। विदेश मंत्री डॉ एस जयशंकर ने कहा कि ब्रिक्स समूह इस समय जरूर ही तब्दीली के संकेत वजो कम कर जदों विश्व भाईचारा कोविड 19 महामारी के विवाद के कारण तनाव नाल जूझ रहा है। कल दक्षिणी अफ्रीका के केपटाउन विखे ब्रिक्स विदेश मंत्रियों की मीटिंग नूं संबोधन करदिआं डॉ एस जयशंकर ने समूह के मैंबरां नूं अपील की कि वह अंतरराष्ट्रीय संस्थावां जिवें कि संयुक्त राष्ट्र सुरक्षा कौंसल विच सुधारां ਅਤੇ ਰਕਮਾਂ ਸਮੇਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੇ ਮੁਕਾਬਲੇ ਲਈ ਗੰਭੀਰ ਕੋਸ਼ਿਸ਼ਾਂ ਕਰਨ। ਮੀਟਿੰਗ ਵੱਲੋਂ ਅਗਸਤ ਵਿਚ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਵਿਚ ਹੋਣ ਵਾਲੀ ਬ੍ਰਿਕਸ ਸਿਖਰ ਮੀਟਿੰਗ ਦੇ ਏਜੰਡੇ ਜਿਸ ਵਿਚ ਸਮੂਹ ਦੇ ਪਸਾਰ ਅਤੇ ਰੂਪ ਵੱਲੋਂ ਲਾਈਆਂ ਪੱਛਮੀ ਪਾਬੰਦੀਆਂ ਦੇ ਪਿਛੋਕੜ ਖਿਲਾਫ਼ ਰਾਸ਼ਟਰੀ ਕਰੰਸੀਆਂ ਚ ਮੈਂਬਰਾਂ ਦਰਮਿਆਨ ਵਧੇਰੇ ਵਪਾਰ ਵਰਗੇ ਮੁੱਦੇ ਸ਼ਾਮਲ ਨੇ ਨੂੰ ਨੁਹਾਰ ਦੇਣ ਦੀ ਸੰਭਾਵਨਾ ਹੈ। ਡਾ ਜੈਸ਼ੰਕਰ ਬ੍ਰਿਕਸ ਮੀਟਿੰਗ ਦੇ ਨਾਲ ਨਾਲ ਕੇਪਟਾਊਨ ਵਿਚ ਰੂਸ ਦੇ ਵਿਦੇਸ਼ ਮੰਤਰੀ ਸਰਗੇ ਲੈਵਰੋਵ ਨੂੰ ਵੀ ਮਿਲੇ ਨੇ। ਡਾ ਜੈਸ਼ੰਕਰ ਦੱਖਣੀ ਅਫਰੀਕਾ ਅਤੇ ਨਵੀਬੀਆ ਦੇ ਦੋ ਦੇਸ਼ਾਂ ਦੇ ਦੌਰੇ ਤੇ ਨੇ। ਭਾਰਤ ਦੇ ਵਿਦੇਸ਼ ਮੰਤਰੀ ਦਾ ਨਵੀਬੀਆ ਦਾ ਇਹ ਪਹਿਲਾ ਦੌਰਾ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਪ੍ਰਚੰਡ ਨੇ ਬੀਤੀ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਗੱਲਬਾਤ ਕੀਤੀ। ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਸਿਸਟਰ ਸਿਟੀ ਸਮਝੌਤੇ ਤੇ ਮਾਲੀ ਸੰਪਰਕ ਨੂੰ ਬਿਹਤਰ ਬਣਾਏ ਜਾਣ ਨਾਲ ਦੋਹਾਂ ਦੇਸ਼ਾਂ ਦਰਮਿਆਨ ਸੈਰ ਸਪਾਟੇ ਨੂੰ ਉਤਸ਼ਾਹ ਮਿਲ ਸਕਦਾ ਹੈ। ਰਾਸ਼ਟਰਪਤੀ ਨੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਅਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਅਧਿਆਤਮਕ ਸੈਲਾਨੀ ਸਰਕਟ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਸ੍ਰੀਮਤੀ ਮੁਰਮੂ ਨੇ ਕਿਹਾ ਕਿ ਭਾਰਤ ਯੁੱਗਾਂ ਪੁਰਾਣੀ ਭਾਈਵਾਲੀ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਭਾਰਤ ਨੇਪਾਲ ਦੁਵੱਲੇ ਸਬੰਧਾਂ ਵਿਚ ਇਕ ਪਾਜ਼ੇਟਿਵ ਏਜੰਡੇ ਵੱਲ ਵੇਖਦਾ ਏ। ਦੌਰੇ ਤੇ ਆਏ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਵੀ ਮੁਲਾਕਾਤ ਕੀਤੀ। ਪਹਿਲਾਂ ਦੋਹਾਂ ਦੇਸ਼ਾਂ ਨੇ ਕਾਰੋਬਾਰ ਸਰਹੱਦ ਪਾਰੋਂ ਪੈਟਰੋਲੀਅਮ ਪਾਈਪਲਾਈਨ ਸੰਗਠਿਤ ਚੈੱਕ ਪੋਸਟ ਵਿਕਸਿਤ ਕਰਨ ਪਣਬਿਜਲੀ ਪ੍ਰੋਜੈਕਟਾਂ ਤੇ ਅਦਾਇਗੀ ਪ੍ਰਬੰਧਾਂ ਸਮੇਤ ਵੱਖ ਵੱਖ ਖੇਤਰਾਂ ਵਿਚ 7 ਸਮਝੌਤਿਆਂ ਤੇ ਦਸਤਖਤ ਕੀਤੇ। ਇਨ੍ਹਾਂ ਸਮਝੌਤਿਆਂ ਤੇ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਦਰਮਿਆਨ ਡੈਲੀਗੇਸ਼ਨ ਪੱਧਰ ਦੀ ਗੱਲਬਾਤ ਦੇ ਬਾਅਦ ਦਸਤਖਤ ਹੋਏ ਨੇ। ਵਿਦੇਸ਼ ਸਕੱਤਰ ਵਿਨੇ ਮੋਹਨ ਕਵਾਤਰਾ ਨੇ ਕਿਹਾ ਕਿ ਨੇਪਾਲ ਦੀ ਭਾਰਤ ਦੀ ਗੁਆਂਢੀ ਪਹਿਲਾਂ ਨੀਤੀ ਤਹਿਤ ਇਕ ਬੇਹੱਦ ਹੀ ਖਾਸ ਥਾਂ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਨੇਪਾਲ ਦੇ ਆਮ ਅਹੁਦਾ ਪੁਸ਼ਪ ਕਮਲ ਦਹਿਲ ਪ੍ਰਚੰਡ ਦਰਮਿਆਨ ਦੁਵੱਲੀ ਗੱਲਬਾਤ ਦੇ ਬਾਅਦ ਵਿਦੇਸ਼ ਸਕੱਤਰ ਨੇ ਕਿਹਾ ਕਿ ਨੇਪਾਲ ਨਾਲ ਭਾਰਤ ਦੇ ਸਬੰਧ ਵਿਲੱਖਣ ਤੇ ਸਾਂਝੀਆਂ ਸਭਿਆਚਾਰਕ ਤੇ ਧਾਰਮਿਕ ਰਵਾਇਤਾਂ ਵਿਚ ਜੜਾਂ ਜਮਾਈ ਸਭਿਅਤਾ ਨਾਲ ਜੁੜੇ ਸਬੰਧਾਂ ਤੇ ਖੁੱਲੀਆਂ ਸਰਹੱਦਾਂ ਵਾਲੇ ਨੇ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਅੱਜ ਤੋਂ 2 ਦਿਨਾਂ ਦੌਰੇ ਤੇ ਮੱਧ ਪ੍ਰਦੇਸ਼ ਪਹੁੰਚ ਰਹੇ ਨੇ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸ੍ਰੀ ਪ੍ਰਚੰਡ ਦਾ ਇੰਦੌਰ ਹਵਾਈ ਅੱਡੇ ਵਿਖੇ ਸਵਾਗਤ ਕਰਨਗੇ। ਨੇਪਾਲ ਦੇ ਪ੍ਰਧਾਨ ਮੰਤਰੀ ਇੰਦੌਰ ਪਹੁੰਚਣ ਤੇ ਉਜੈਨ ਜਾਣਗੇ ਤੇ ਮਹਾਂਕਾਲ ਮੰਦਰ ਦੇ ਦਰਸ਼ਨ ਕਰਨਗੇ। ਸ੍ਰੀ ਪ੍ਰਚੰਡ ਠੋਸ ਕੂੜਾ ਨਿਪਟਾਰਾ ਪਲਾਂਟ ਦੇ ਕੰਮ ਦਾ ਜਾਇਜ਼ਾ ਲੈਣਗੇ ਤੇ ਇੰਦੌਰ ਦੀ ਸਵੱਛਤਾ ਮੁਹਿੰਮ ਬਾਰੇ ਵਿਚਾਰ ਵਟਾਂਦਰਾ ਕਰਨਗੇ। ਇੰਦੌਰ ਲਗਾਤਾਰ 6 ਸਾਲਾਂ ਲਈ ਦੇਸ਼ ਵਿਚ ਪਹਿਲੇ ਨੰਬਰ ਤੇ ਰਿਹਾ। ਸ੍ਰੀ ਪ੍ਰਚੰਡ ਕੱਲ੍ਹ ਇੰਦੌਰ ਵਿਚ TCS ਅਤੇ ਇਨਫੋਸਿਸ ਵਿਸ਼ੇਸ਼ ਆਰਥਿਕ ਜ਼ੋਨ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਪ੍ਰਚੰਡ ਦੇ ਸਨਮਾਨ ਵਿਚ ਮੱਧ ਪ੍ਰਦੇਸ਼ ਦੀ ਕਲਾ ਤੇ ਸਭਿਆਚਾਰ ਤੇ ਕੇਂਦਰਿਤ ਸਭਿਆਚਾਰ ਪੇਸ਼ਕਾਰੀਆਂ ਵੀ ਕੀਤੀਆਂ ਜਾਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਭਾਰਤ ਨੇ ਕੱਲ੍ਹ ਓਡੀਸ਼ਾ ਦੇ APJ ਅਬਦੁਲ ਕਲਾਮ ਟਾਪੂ ਤੋਂ ਸਟ੍ਰੈਟੇਜਿਕ ਫੋਰਸ ਕਮਾਂਡ ਦੁਆਰਾ ਦਰਮਿਆਨੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ 1 ਨੂੰ ਸਫਲਤਾ ਨਾਲ ਦਾਗਿਆ ਹੈ। ਮਿਜ਼ਾਈਲ ਨੇ ਬੰਗਾਲ ਦੀ ਖਾੜੀ ਵਿਚ ਸਫਲਤਾ ਨਾਲ ਬਹੁਤ ਹੀ ਸਟੀਕ ਨਿਸ਼ਾਨਾ ਸਾਧਿਆ। ਇਹ ਮਿਜ਼ਾਈਲ ਇਕ ਸਿੱਧ ਕੀਤਾ ਗਿਆ ਸਿਲਸਿਲਾ ਹੈ ਜੋ ਕਿ ਬਹੁਤ ਹੀ ਉੱਚ ਡਿਗਰੀ ਦੀ ਸਪਸ਼ਟਤਾ ਨਾਲ ਨਿਸ਼ਾਨਿਆਂ ਤੇ ਮਾਰ ਕਰਨ ਦੇ ਸਮਰੱਥ ਹੈ। ਸਿਖਲਾਈ ਦੇ ਤੌਰ ਤੇ ਛੱਡੀ ਗਈ ਇਹ ਮਿਜ਼ਾਈਲ ਸਾਰੀ ਕਾਰਜਕਾਰੀ ਤੇ ਤਕਨੀਕੀ ਮਾਪਦੰਡਾਂ ਤੇ ਪੂਰੀ ਉਤਰੀ।
केंद्रीय गृह मंत्री अमित शाह ने मणिपुर के लोगों को भरोसा दिता है कि बीजेपी की अगवाई वाली केंद्र सरकार राज की इलाकई अखंडता की सुरक्षा की पूरी तरह कायम है। इम्फाल में पत्रकारों के सवालों का जवाब देते हुए केंद्रीय गृह मंत्री ने कहा कि केंद्र सरकार हमेशा ही मणिपुर की इलाकई अखंडता लिए खड़ी रही है कि यह बदली नहीं है, पर इस समय सरकार की सब तो पहली तरजीह राज में अमन बहाली से फिरकू एकसुरता की है। केंद्रीय मंत्री ने हिंसक घटना में पीड़ित हुए लोगों लिए एक राहत पैकेज का ऐलान किया। उधर भीड़ की घटना में जख्मी हुए लोगों से प्रभावित परिवारों लिए केंद्रीय गृह मंत्रालय वालों राहत पैकेज का ऐलान छेती ही किया जाएगा। यूनीफाइड पेमेंट्स इंटरफेस यूपीआई ने पिछले महीने 14 लाख करोड़ रूपये तो वध दे रिकॉर्ड यानी 9 अरब लेन देन किए ने। भारतीय राष्ट्रीय अदायगी कारपोरेशन NPCL मुताबिक यूपीआई ने मई 2023 में 9.41 अरब लेन देन दर्ज किए। यूपीआई ने इस साल जनवरी में 8 अरब लेन देन, फरवरी में 7.5 अरब लेन देन, मार्च में 8.7 अरब लेन देन, अप्रैल में 8.89 अरब लेन देन रिकॉर्ड किए ने। भारत का देश में तैयार अदायगी सिस्टम यूपीआई आलमी तौर पर स्वीकार होने वाले अदायगी सिस्टम तो वखरा है। 2016 में शुरू होने के बाद तो एक भरोसेयोग अदायगी माध्यम वजो यह उभरिया है। भारत वस्तां ते सेवावां टैक्स GST विच निरंतर वाधा दर्ज कर रहा है, जिस करके इसने पिछले महीने 1,57,090 करोड़ रूपये हासिल किए ने। इस विच 28,411 करोड़ रूपये CGST तो 35,828 करोड़ रूपये, SGST तो 81,363 करोड़ रूपये, IGST ते 11,499 करोड़ रूपये सैस तो प्राप्त हुए ने। हाकी विच मर्दां दी जूनियर एशिया कप 2023 दे बीती रात ओमान दे सलाला विच सुल्तान काबूस यूथ कंपलैक्स स्टेडियम विखे खेडे गए खिताबी मुकाबले विच भारतीय हाकी टीम ने अपने रवायती विरोधी पाकिस्तान नूं 2-1 दे फर्क नाल हरा दिता। इस जित नाल भारत मर्दां दे जूनियर एशिया कप दे इतिहास विच सब तो सफल देश बन गया है। मर्दां दे जूनियर एशिया कप विच भारत दा यह चौथा खिताब है। इस तो पहला यह 2004-08 ते 2015 विच यह खिताब अपने नाम कर चुका है। पाकिस्तान हुण तक इस टूरनामेंट विच 3 खिताब हासिल करके दूजी सब तो सफल टीम है, पर इसकी आखिरी जित 27 साल पहला 1996 विच हुई सी। पहला भारत अते पाकिस्तान दोवें ही इको पूल विच सन ते इह दोवें ही ग्रुप स्टेज विच हारे नहीं सन अते भारत ते पाकिस्तान दरमियान होया मैच भी 1-1 नाल बराबरी ते रहा सी, पर फिर भी भारत अपने आप नूं गोलां दे फर्क नाल ग्रुप विच चोटी ते रखण विच कामयाब रहा, क्योंकि गोलां दे अंतर कारण पाकिस्तान नूं इत्थे दूजा स्थान हासिल होया। सैमीफाइनल विच भारत ने कोरिया गणराज नूं 9-1 नाल ते पाकिस्तान ने मलेशिया नूं 6-2 दे फर्क नाल हराया सी। मर्दां दा जूनियर एशिया कप हाकी टूरनामेंट ओमान विच 8 सालां बाद होया है। बैडमिंटन विच चोटी दा भारतीय खिडारी लक्ष्य सेन बैंकाक विच थाईलैंड ओपन 2023 विच चीन दे ली शी फिंग ते जित हासिल करके मर्दां दे सिंगल्स दे क्वार्टर फाइनल विच पहुंच गया। सेन ने अपने चीन दे विरोधी नूं 21-17, 21-15 नाल हराया। लक्ष्य सेन दा क्वार्टर फाइनल विच मलेशिया दे लोंग जुन हाउ नाल मुकाबला होएगा। एक होर भारतीय खिडारी किरण जॉर्ज भी चीन दे वेंग होंग यांग नूं हरा के मर्दां दे सिंगल्स दे क्वार्टर फाइनल विच पहुंच गया है। केंद्रीय सभ्याचार मंत्रालय अज हैदराबाद विच इतिहासिक गोलकुंडा किले विखे जश्न मनाउण नाल तेलंगाना राज स्थापना दिवस मना रहा है। सभ्याचार ते सैर सपाटे बारे केंद्रीय मंत्री जी किशन रेड्डी अज सवेरे झंडा लहराउण दी रस्म नाल 2 दिना जश्ना दा उद्घाटन करनगे, जदकि शामी सभ्याचार पेशकारियां दित्तियां जाणगियां। आखिर विच खास खबरां इक बार फिर सुन लो। विदेश मंत्री डॉ एस जयशंकर ने ब्रिक्स देशों नूं संयुक्त राष्ट्र सुरक्षा कौंसल सुधारां विच संजीदगी दिखाउण लई कहा। भारत ने अग्नि एक बलिस्टिक सिखलाई मिजाइल नूं सफलता नाल दागिया। यूपीआई ने 14 लाख करोड़ रूपये के बराबर के 9 अरब लेन देन का रिकॉर्ड कायम किया। ओमान विच मर्दां दे जूनियर एशिया कप टूरनामेंट विच भारत ने पाकिस्तान नूं हरा के 4वीं बार यह खिताब अपने नाम किया। इसके नाल ही आकाशवाणी तो खबरों का बुलेटिन खत्म होता है।